ਹੁਣ ਗੁਰੂ ਸਾਹਿਬ ਨੇ ਇੱਥੇ ਜੀਵਨ ਦੀ ਗੱਲ ਕੀਤੀ ਹੈ, ਜਿਹੜਾ ਮਨੁੱਖਾ ਜੀਵਨ ਮਿਲਿਆ ਭਾਈ, ਜੇਕਰ ਇਹਨੂੰ ਤੋਲਣਾ ਹੋਵੇ ਵੀ ਜਿਹੜਾ ਜੀਵਨ ਅਸੀਂ ਜੀ ਰਹੇ ਹਾਂ ਵੀ ਤੋਲ ਵਿੱਚ ਪੂਰਾ, ਭਾਵ ਜੋ ਅਸੀਂ ਜੀਵਨ ਬਤੀਤ ਕਰ ਰਹੇ ਹਾਂ ਇਹ ਪ੍ਰਭੂ ਨੂੰ ਚੰਗਾ ਵੀ ਲੱਗ ਰਿਹਾ, ਪ੍ਰਭੂ ਆਸੇ ਅਨੁਸਾਰ ਹੈ ਵੀ ਜਾਂ ਨਹੀਂ। ਹੁਣ ਗੁਰੂ ਸਾਹਿਬ ਨੇ ਤੇ ਇਹੀ ਗੱਲ ਸਮਝਾਉਣੀ ਕੀਤੀ ਹੈ, ਨਾਨਕ ਤੁਲੀਐ ਤੋਲ ਜੇ ਜੀਉ ਪਿੱਛੇ ਪਾਈਐ। ਹੇ ਨਾਨਕ, ਜੇਕਰ ਜੋ ਅਸੀਂ ਜੀਵਨ ਜੀ ਰਹੇ ਹਾਂ ਇਹਨੂੰ ਮਾਪਣਾ ਹੈ, ਇਹਦਾ ਇੱਕੋ ਇੱਕ ਮਾਪਦੰਡ ਹੈ, ਇਹਦੇ ਬਾਰੇ ਪਤਾ ਕਰਨਾ ਹੋਵੇ ਵੀ ਸਾਡਾ ਜੀਵਨ ਗੁਰੂ ਆਸੇ ਅਨੁਸਾਰ ਹੈ ਵੀ ਜਾਂ ਨਹੀਂ। ਫਿਰ ਕਹਿੰਦੇ ਨੇ ਤਕੜੀ ਦੇ ਦੂਜੇ ਛਾਬੇ ਵਿੱਚ ਦੂਜੇ ਪਲੜੇ ਵਿੱਚ ਆਪਣੀ ਜਿੰਦ ਨੂੰ ਪਾ ਦੇ, ਨਾਨਕ ਤੁਲੀਐ ਤੋਲ ਜੇ ਜੀਉ ਪਿੱਛੇ ਪਾਈਐ। ਜੀਉ ਤੋਂ ਭਾਵ ਹੈ ਜਿੰਦ, ਵੀ ਤੇਰਾ ਪ੍ਰਭੂ ਪ੍ਰਤੀ ਜੋ ਦਿਲੋਂ ਪਿਆਰ ਹੈ, ਵਾਹਿਗੁਰੂ ਦੇ ਨਾਲ ਜੋ ਤੇਰੀ ਸਾਂਝ ਹੈ, ਪਿਆਰ ਹੈ, ਦਿਲੋਂ ਪਿਆਰ ਦੀ ਗੱਲ ਕੀਤੀ ਹੈ ਵੀ ਦੂਜੇ ਪਾਸੇ ਛਾਬੇ ਵਿੱਚ ਆਪਣੀ ਜਿੰਦ ਜੋ ਦਿਲੋਂ ਪਿਆਰ ਹੈ ਵਾਹਿਗੁਰੂ ਦੇ ਨਾਲ ਉਹਨੂੰ ਪਾਉਣਾ ਕਰ। ਗੁਰੂ ਸਾਹਿਬ ਆਖਦੇ ਨੇ ਫੇਰ ਤੇਰਾ ਤੋਲ ਹੈ, ਤੇਰਾ ਵਜਨੀ ਹੈ, ਤੂੰ ਵਜਨ ਵਾਲਾ ਕਹਿ ਸਕਦਾ ਵੀ ਜਿਹੜਾ ਤੇਰਾ ਜੀਵਨ ਹੈ ਵੀ ਉਹ ਪ੍ਰਵਾਨ ਹੈ। ਦੇਖੋ ਗੱਲ ਸਮਝਾਈ ਹੈ ਵੀ ਕਹਿਣ ਤੋਂ ਭਾਵ ਆਪਣਾ ਆਪ ਕੁਰਬਾਨ ਕਰ ਦੇ, ਆਪਣਾ ਭਾਵ ਤੈਨੂੰ ਵਾਰਨਾ ਪੈਣਾ, ਆਪਣਾ ਆਪਾ ਕੁਰਬਾਨ ਕਰਨਾ ਪੈਣਾ, ਇੱਕ ਪਾਸੇ ਜਿੰਦ ਤੇ ਨਾਲ ਜੋ ਦਿਲੋਂ ਪਿਆਰ ਹੈ ਵਾਹਿਗੁਰੂ ਦੇ ਚਰਨਾਂ ਦੇ ਨਾਲ, ਵਾਹਿਗੁਰੂ ਦੇ ਨਾਲ ਉਹਨੂੰ ਭਾਈ ਛਾਬੇ ਵਿੱਚ ਦੂਜੇ ਪਾਸੇ ਪਾ, ਇੱਕ ਪਾਸੇ ਤੇਰਾ ਜੀਵਨ ਹੋਵੇ। ਫਿਰ ਕਹਿੰਦੇ ਤੂੰ ਖਰਾ ਭਾਈ ਪ੍ਰਵਾਨ ਹੈ, ਇੱਕੋ ਇੱਕ ਤਰੀਕਾ ਹੈ ਆਪਣੇ ਜੀਵਨ ਨੂੰ ਮਾਪਣ ਦਾ ਵੀ ਤੂੰ ਆਪਣਾ ਆਪ ਗੁਰੂ ਤੇ ਕੁਰਬਾਨ ਕੀਤਾ ਕਿ ਨਹੀਂ ਕੀਤਾ, ਵੀ ਤੇਰੇ ਪ੍ਰਭੂ ਦੇ ਨਾਲ ਵਾਹਿਗੁਰੂ ਦੇ ਨਾਲ ਦਿਲੋਂ ਪਿਆਰ ਬਣਿਆ ਕਿ ਨਹੀਂ ਬਣਿਆ। ਇੱਕ ਗੱਲ ਇਹ ਵੀ ਸਮਝਣ ਵਾਲੀ ਹੈ ਜੇ ਆਪਾਂ ਸੰਗਤ ਵਿੱਚ ਜੁੜ ਕੇ ਬੈਠੇ ਹਾਂ ਨਾ, ਇਹ ਸਾਡਾ ਆਪਣੇ ਗੁਰੂ ਪ੍ਰਤੀ ਦਿਲੋਂ ਪਿਆਰ ਹੀ ਹੈ, ਪਿਆਰ ਹੀ ਖਿੱਚ ਕੇ ਲੈ ਕੇ ਆਉਂਦਾ, ਬਿਨਾਂ ਪਿਆਰ ਤੋਂ ਨਹੀਂ ਅੰਮ੍ਰਿਤ ਵੇਲੇ ਉੱਠਣ ਹੁੰਦਾ, ਅਤੇ ਨਾ ਬਾਣੀ ਪੜ੍ਹਨ ਹੁੰਦੀ ਹੈ ਅਤੇ ਨਾ ਬਾਣੀ ਸੁਣਨ ਹੁੰਦੀ ਹੈ। ਇਹ ਦਿਲੋਂ ਹੀ ਪਿਆਰ ਹੈ, ਕਹਿ ਸਕਦੇ ਹਾਂ ਵਾਹਿਗੁਰੂ ਜੀ ਦੀ ਸਾਡੇ 'ਤੇ ਬਹੁਤ ਵੱਡੀ ਬਖਸ਼ਿਸ਼ ਹੈ, ਰਹਿਮਤ ਹੈ, ਦਿਲੋਂ ਪਿਆਰ ਦੀ ਨਿਸ਼ਾਨੀ ਹੈ ਵੀ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਬਾਣੀ ਸੁਣ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ ਅਤੇ ਮਨੁੱਖਾ ਜਨਮ ਸਫਲਾ ਕਰ ਰਹੇ ਹਾਂ। ਹੁਣ ਗੁਰੂ ਸਾਹਿਬ ਆਖਦੇ ਨੇ ਵੀ ਤੇਰਾ ਦਿਲੋਂ ਪਿਆਰ ਨਾ ਹੋਵੇ, ਗੁਰੂ ਘਰ ਤੂੰ ਨਾ ਆਵੇ, ਨਾ ਬਾਣੀ ਪੜ੍ਹੇ ਅਤੇ ਨਾ ਬਾਣੀ ਸੁਣੇ, ਫਿਰ ਤੂੰ ਸੋਚੇ ਤੇਰਾ ਜੀਵਨ ਪ੍ਰਵਾਨ ਹੈ। ਅੱਗੇ ਫਿਰ ਜਵਾਬ ਦਿੱਤਾ, ਇੱਕ ਸਨਾ ਪੂਜੈ ਬੋਲ, ਬੋਲ ਤੋਂ ਭਾਵ ਹੈ ਬਚਨ, ਜੇ ਪੂਰੇ ਪੂਰਾ ਕਰ ਮਿਲੇ। ਵਾਹਿਗੁਰੂ ਦੇ ਨਾਮ ਜਪਣ ਤੋਂ ਬਗੈਰ ਹੋਰ ਕੋਈ ਵੀ ਤੇਰਾ ਬੋਲਿਆ ਹੋਇਆ ਬੋਲ ਵਚਨ ਉਹ ਤੈਨੂੰ ਵਾਹਿਗੁਰੂ ਦੇ ਨਾਲ ਮਿਲਾ ਨਹੀਂ ਸਕਦਾ। ਹਾਂ, ਜਿਹੜਾ ਵਚਨ ਪ੍ਰਭੂ ਦੀ ਯਾਦ ਵਿੱਚ ਤੂੰ ਬੋਲਿਆ, ਜਿਹੜੇ ਬੋਲ ਤੇਰੇ ਵਾਹਿਗੁਰੂ ਦੀ ਯਾਦ ਵਿੱਚ ਨਿਕਲੇ ਨੇ ਤੇਰੇ ਹਿਰਦੇ ਵਿੱਚੋਂ, ਜੋ ਤੂੰ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ ਬੋਲਾਂ ਦੇ ਰਾਹੀਂ ਬੋਲ ਕੇ ਤੇ ਕੰਨਾਂ ਦੇ ਰਾਹੀਂ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਸੁਣਿਆ, ਇਹ ਤਾਂ ਤੈਨੂੰ ਪੂਰੇ ਨਾਲ ਮਿਲਾ ਦੇਵੇਗਾ, ਪੂਰਾ ਕਰ ਮਿਲਿਆ। ਵੀ ਵਾਹਿਗੁਰੂ ਦੀ ਯਾਦ ਵਿੱਚ ਬੋਲੇ ਬੋਲ, ਵਾਹਿਗੁਰੂ ਦੀ ਯਾਦ ਵਿੱਚ ਸੁਣੇ ਬੋਲ ਤੈਨੂੰ ਵਾਹਿਗੁਰੂ ਦੇ ਨਾਲ ਮਿਲਾ ਸਕਦੇ ਨੇ। ਬਾਕੀ ਕਹਿੰਦੇ ਤੂੰ ਦੁਨੀਆਂ ਵਿੱਚ ਰਹਿੰਦਿਆਂ ਸਾਰੀ ਜ਼ਿੰਦਗੀ ਜਿੰਨੇ ਮਰਜ਼ੀ ਬੋਲ ਬੋਲ, ਤੇ ਤੈਨੂੰ ਮਾਣ ਹੋਵੇ ਮੇਰੇ ਤੋਂ ਵਧੀਆ ਕੋਈ ਬੋਲਣ ਵਾਲਾ ਨਹੀਂ, ਮੈਂ ਬੜਾ ਸਿਆਣਾ। ਗੁਰੂ ਸਾਹਿਬ ਆਖਦੇ ਨੇ ਇਹ ਤੈਨੂੰ ਪਰਮਾਤਮਾ ਨਾਲ ਨਹੀਂ ਮਿਲਾਉਣ ਵਾਲੇ। ਇੱਕ ਸਨਾ ਪੂਜੈ ਬੋਲ, ਇੱਕ ਵੀ ਐਸਾ ਬੋਲ ਨਹੀਂ, ਇੱਕ ਵੀ ਐਸਾ ਢੰਗ ਤਰੀਕਾ ਨਹੀਂ ਜੇ ਤੂੰ ਪਰਮਾਤਮਾ ਨੂੰ ਮਿਲ ਸਕਦਾ ਹੋਵੇ, ਪਰਮਾਤਮਾ ਦੀ ਕਿਰਪਾ ਤੇਰੇ ਤੇ ਬਣ ਜਾਏ। ਜੇ ਵਾਹਿਗੁਰੂ ਦੀ ਕਿਰਪਾ ਲੈਣੀ ਹੈ,
ਵਾਹਿਗੁਰੂ ਦੇ ਨਾਲ ਮਿਲਾਪ ਤੂੰ ਚਾਹੁੰਦਾ। ਗੁਰੂ ਸਾਹਿਬ ਆਖਦੇ ਨੇ ਫਿਰ ਭਾਈ ਉਹਦੀ ਉਸਤਤੀ ਵਿੱਚ ਬੋਲ, ਬੋਲਣੇ ਕਰ, ਬਾਣੀ ਪੜ੍ਹ ਤੇ ਸਿਰ ਸਲਾਹ ਵਾਲੇ ਬੋਲਾਂ ਨੂੰ ਸੁਣਨਾ ਕਰ। ਵੱਡਾ ਆਖਣ ਭਾਰਾ ਤੋਲ, ਹੋਰ ਹੋਲੀ ਮੱਤੀ ਹੋਲੇ ਬੋਲ। ਫਿਰ ਅੱਗੇ ਗੱਲ ਗੁਰੂ ਸਾਹਿਬ ਨੇ ਬਿਲਕੁਲ ਕਲੀਅਰ ਕਰ ਦਿੱਤੀ ਹੈ। ਵੱਡਾ ਆਖਣ ਵੀ ਵਾਹਿਗੁਰੂ ਨੂੰ ਵੱਡਾ ਆਖਣਾ, ਵੱਡਾ ਆਖਣਾ ਭਾਵ ਹੈ ਤਾਂ ਵੱਡਾ ਹੀ ਹੈ, ਉਹਦੇ ਤੋਂ ਵੱਡਾ ਤਾਂ ਹੋਰ ਕੋਈ ਹੈ ਹੀ ਨਹੀਂ। ਵੀ ਉਹਨੂੰ ਵੱਡਾ ਆਖਣਾ, ਉਹਨੂੰ ਹਰ ਵਕਤ ਯਾਦ ਕਰਨਾ, ਉਹਦੀ ਯਾਦ ਹਿਰਦੇ ਚ ਬਣੀ ਰਹਿਣੀ ਤੇ ਉਹਦਾ ਡਰ ਭਉ ਸਾਡੇ ਹਿਰਦੇ ਚ ਬਣਿਆ ਰਵੇ, ਉਹਦੇ ਡਰ ਭੈ ਅੰਦਰ ਜੀਵਨ ਬਤੀਤ ਕਰਨਾ ਬਹੁਤ ਵੱਡੀ ਗੱਲ ਹੈ। ਨਹੀਂ ਤਾਂ ਮਨੁੱਖ ਬਿਲਕੁਲ ਪਰਮਾਤਮਾ ਨੂੰ ਭੁਲਾ ਕੇ ਜੀਵਨ ਬਤੀਤ ਕਰਦੇ। ਵੀ ਹਰ ਵਕਤ ਤੇਰੇ ਮਨ ਅੰਦਰ ਡਰ ਹੋਣਾ ਚਾਹੀਦਾ, ਭੈ ਹੋਣਾ ਚਾਹੀਦਾ ਵਾਹਿਗੁਰੂ ਦਾ। ਵੀ ਵਾਹਿਗੁਰੂ ਨੂੰ ਵੱਡਾ ਆਖਣਾ ਇਹ ਸਭ ਤੋਂ ਭਾਰੇ ਬੋਲ ਨੇ, ਵਜਨ ਵਾਲੇ। ਵੱਡਾ ਆਖਣ ਵੀ ਵੱਡਾ ਆਖਣਾ, ਭਾਰਾ ਤੋਲ, ਤੋਲਣ ਤੋਂ ਗੱਲ ਸਟਾਰਟ ਹੋਈ ਸੀ ਨਾ, ਵੀ ਇਹ ਸਭ ਤੋਂ ਭਾਰਾ ਬੋਲ ਹੈ। ਵੀ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਜੇ ਵਾਹਿਗੁਰੂ ਨੂੰ ਵੱਡਾ ਆਖੇਗਾ ਭਾਈ ਤੇ ਤੇਰਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਏਗਾ। ਹੋਰ ਹੋਲੀ ਮੱਤੀ ਹੋਲੇ ਬੋਲ, ਵੀ ਵਾਹਿਗੁਰੂ ਨੂੰ ਵੱਡੇ ਆਖਣ ਤੋਂ ਬਗੈਰ ਹੋਰ ਤੂੰ ਜਿੰਨੀਆਂ ਮਰਜ਼ੀਆਂ ਗੱਲਾਂ ਕਰ, ਕਹਿੰਦੇ ਤੇਰੀ ਹੋਛੀ ਮੱਤ ਹੈ, ਹੋਛੀ ਤੇਰੇ ਬਚਨ ਨੇ, ਇਹਨਾਂ ਵਿੱਚ ਕੋਈ ਵਜਨ ਨਹੀਂ, ਇਹਨਾਂ ਨੇ ਤੈਨੂੰ ਪ੍ਰਭੂ ਨਾਲ ਨਹੀਂ ਬੁਲਾਉਣਾ। ਫਿਰ ਪੰਕਤੀ ਸੁਣਿਓ, ਹੋਰ ਹੋਲੀ ਵੀ ਘੱਟ ਵਜਨ ਵਾਲੇ, ਹੋਰ ਹੋਲੀ ਮੱਤੀ, ਮੱਤ ਦੀ ਗੱਲ ਕੀਤੀ ਹੈ ਵੀ ਮੱਤ ਵੀ ਤੇਰੀ ਹੋਛੀ ਹੈ, ਹੋਲੇ ਬੋਲ ਤੇਰੇ ਹੋਰ ਤੂੰ ਦੁਨਿਆਵੀ ਬੋਲ, ਜੋ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਵੀ ਜਿੰਨੀਆਂ ਮਰਜ਼ੀ ਕਰੀ ਜਾ ਤੂੰ ਪ੍ਰਭੂ ਦੇ ਨਾਮ ਜਪਣ ਤੋਂ ਬਗੈਰ, ਇਹਨਾਂ ਬੋਲਾਂ ਵਿੱਚ ਵਜਨ ਨਹੀਂ, ਇਹ ਹੋਲੇ ਬੋਲ ਨੇ, ਇਹਨਾਂ ਨੇ ਤੈਨੂੰ ਪ੍ਰਭੂ ਨਾਲ ਨਹੀਂ ਮਿਲਾਉਣਾ। ਅੱਗੇ ਫਿਰ ਸਤਿਗੁਰੂ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਵੀ ਗੱਲ ਸਾਨੂੰ ਸਮਝ ਲੱਗ ਜਾਏ। ਧਰਤੀ ਪਾਣੀ ਪਰਬਤ ਪਹਾੜ, ਹੁਣ ਕਹਿੰਦੇ ਨੇ ਧਰਤੀ ਬਹੁਤ ਵਜਨੀ ਹੈ, ਪਾਣੀ ਵਿੱਚ ਬੜਾ ਵਜਨ ਹੈ, ਪਹਾੜ ਪਰਬਤ ਤੋਂ ਭਾਵ ਵੱਡੇ ਵੱਡੇ ਪਹਾੜ ਨੇ ਬਹੁਤ ਵਜਨ ਵਾਲੇ ਨੇ, ਤਿੰਨਾਂ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ ਵੀ ਧਰਤੀ ਦਾ ਭਾਰ, ਪਾਣੀ ਦਾ ਵਜਨ ਤੇ ਪਰਬਤਾਂ ਪਹਾੜਾਂ ਦਾ ਭਾਰ। ਹੁਣ ਨਾ ਤਾਂ ਧਰਤੀ ਦੇ ਵਜਨ ਨੂੰ ਕੋਈ ਮਾਪ ਸਕਦਾ ਤੇ ਨਾ ਹੀ ਕੋਈ ਪਹਾੜਾਂ ਦੇ ਵਜਨਾਂ ਨੂੰ ਕਿਸੇ ਨੇ ਅੱਜ ਤੱਕ ਮਾਪਿਆ ਤੇ ਨਾ ਹੀ ਕੋਈ ਮਾਪ ਸਕੇਗਾ ਤੇ ਨਾ ਹੀ ਪਾਣੀ। ਗੁਰੂ ਸਾਹਿਬ ਆਖਦੇ ਨੇ ਇਹ ਸਾਨੂੰ ਪਤਾ ਵੀ ਇਹਨਾਂ ਚ ਵਜਨ ਬਹੁਤ ਹੈ, ਕਿਉਂ ਕੰਡੈ ਤੋਲੈ ਸੁਨਿਆਰ। ਹੁਣ ਸੁਨਿਆਰੇ ਦੀ ਉਦਾਹਰਣ ਦਿੱਤੀ ਹੈ ਵੀ ਕੋਈ ਸੁਨਿਆਰਾ ਆਪਣੀ ਤਕੜੀ ਵਿੱਚ ਇਹਨਾਂ ਨੂੰ ਤੋਲ ਸਕਦਾ ਭਲਾ, ਇਹ ਸਵਾਲ ਕੀਤਾ ਗੁਰੂ ਸਾਹਿਬ ਨੇ। ਵੀ ਸੁਨਿਆਰਾ ਉਹਦੇ ਕੋਲੇ ਵੱਟੇ ਨੇ ਭਾਵੇਂ ਛੋਟੇ ਵਜਨ ਵਾਲੇ ਨੇ, ਹੁਣ ਕੋਈ ਸੁਨਿਆਰਾ ਆਪਣੀ ਤਕੜੀ ਵਿੱਚ ਧਰਤੀ ਦੇ ਭਾਰ ਨੂੰ ਤੋਲਣਾ ਚਾਹੇ, ਪਾਣੀ ਨੂੰ ਮਾਪਣਾ ਚਾਹੇ ਜਾਂ ਪਾਣੀ ਦਾ ਹਿਸਾਬ ਕਿਤਾਬ ਲਾਉਣਾ ਚਾਹੇ, ਪਹਾੜਾਂ ਦਾ ਵਜਨ ਹੈ ਵੀ ਤੋਲ ਸਕਦਾ ਗੁਰੂ ਸਾਹਿਬ ਆਖਦੇ ਨੇ ਵੀ ਨਹੀਂ ਤੋਲ ਸਕਦਾ, ਕਿਉਂ ਉਹਦੇ ਕੋਲ ਵੱਟੇ ਕੈਸੇ ਨੇ। ਤੋਲਾ ਮਾਸਾ ਰਤਕ ਪਾਏ, ਤੋਲਾ ਮਾਸਾ ਰਤਕ ਤੋਂ ਭਾਵ ਰੱਤੀ, ਇਹ ਸੁਨਿਆਰੇ ਦੀ ਵੱਟੀਆਂ ਦਾ, ਕਿਉਂਕਿ ਛੋਟੀਆਂ ਵੱਟੀਆਂ ਨੇ ਛੋਟੇ ਵਜਨ ਵਾਲੀਆਂ, ਉਹਨਾਂ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ। ਤੋਲਾ ਮਾਸਾ ਰਤਕ ਪਾਏ, ਉਹਦੇ ਕੋਲ ਤੋਲੇ ਦਾ ਵੱਟਾ ਹੈ, ਮਾਸੇ ਦਾ ਵੱਟਾ ਹੈ, ਰੱਤੀ ਦੀ ਛੋਟੀ ਜਿਹੀ ਵੱਟੀ ਉਹਦੇ ਕੋਲ। ਹੁਣ ਇਹਨਾਂ ਛੋਟੀਆਂ ਵੱਟੀਆਂ ਦੇ ਨਾਲ ਧਰਤੀ ਨੂੰ ਤੋਲਣ ਦਾ ਯਤਨ ਕਰੇ, ਪਾਣੀ ਦਾ ਹਿਸਾਬ ਲਾਏ, ਪਹਾੜਾਂ ਨੂੰ ਤੋਲੇ, ਗੁਰੂ ਸਾਹਿਬ ਆਖਦੇ ਨੇ ਬਿਲਕੁਲ ਨਹੀਂ ਤੋਲ ਸਕਦਾ। ਹਾਂ ਗੁਰੂ ਸਾਹਿਬ ਆਖਦੇ ਨੇ ਪੁੱਛੀਏ, ਨਾਨਕ ਪੁੱਛਿਆਂ ਦੇ ਪੁਜਾਏ, ਤੋਲ ਤਾਂ ਨਹੀਂ ਸਕਦਾ, ਉਹਦੇ ਕੋਲ ਵੱਟੇ ਹੈ ਨਹੀਂ, ਉਹਦੇ ਕੋਲ ਸਮਰੱਥਾ ਨਹੀਂ ਤੋਲਣ ਦੀ। ਪਰ ਕਹਿੰਦੇ ਸੁਨਿਆਰਾ ਜਿਹੜਾ ਉਹਦੇ ਕੋਲ ਜਾਂਦਾ ਹੈ ਨਾ, ਉਹ ਇੰਨੀਆਂ ਗੱਲਾਂ ਸੁਣਾਉਂਦਾ, ਗੱਲਾਂ ਗੱਲਾਂ ਦੇ ਨਾਲ ਕਹਿੰਦੇ ਪਹਾੜਾਂ ਨੂੰ ਵੀ ਤੋਲ ਦਿੰਦਾ,
गल समझो नानक पुछया ओनू पुछे ना कोई गल कहते इनिया सियाणप वाली गलां करेगा बट्टे तो बड़े छोटे ने उहदे कोल तोला मासा रत्ती दा पर इनिया गल्लां सुनाएगा इन्ना मन नू मोहेगा कहिंदे वी इस तरह तुहानू जापेगा वी तां वड्डे वड्डे पहाड़ां नू वी तोलण वाला है ਇਹ ਤਾਂ ਧਰਤੀ ਨੂੰ ਵੀ ਤੋਲ ਦੇਗਾ ਵੀ ਗੱਲਾਂ ਬਾਤਾਂ ਦੇ ਨਾਲ ਘਰ ਪੂਰਾ ਕਰ ਦਿੰਦਾ ਗਾਹਕ ਦੀ ਤਸੱਲੀ ਕਰਾ ਦਿੰਦਾ ਪਰ ਗੁਰੂ ਸਾਹਿਬ ਆਖਦੇ ਨੇ ਹੈ ਸੱਚਾਈ ਨਹੀਂ ਸੱਚਾਈ ਕਿੰਨੀ ਕੁ ਉਹਦੀ ਗੱਲਾਂ ਵਿੱਚ ਅੱਗੇ ਫਿਰ ਉਹ ਵੀ ਦੱਸ ਦਿੱਤਾ ਮੂਰਖ ਅੰਧਿਆਂ ਅੰਧੀ ਧਾਤ ਤੋਂ ਭਾਵ ਹੈ ਅੰਨੀ ਭੱਜ ਦੌੜ ਵੀ ਅੰਨਾ ਮਨੁੱਖ ਭੱਜੇ ਪਹਿਲੀ ਗੱਲ ਤਾਂ ਭੱਜ ਨਹੀਂ ਸਕਦਾ ਜੇ ਭੱਜੇਗਾ ਤਾਂ ਠੇਡੇ ਖਾਏਗਾ ਡਿੱਗੇਗਾ ਚੋਟ ਖਾਏਗਾ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਮੂਰਖ ਅੰਧਿਆਂ ਵੀ ਉਹ ਮਨੁੱਖ ਮੂਰਖ ਨੇ ਉਹਨਾਂ ਦੀ ਅੰਨਿਆਂ ਵਾਂਗੂ ਭੱਜ ਦੌੜ ਲੱਗੀ ਹੋਈ ਹੈ ਅੰਨੇ ਮਨੁੱਖ ਵਾਂਗੂ ਦੌੜ ਭੱਜ ਤਾਂ ਕੀਤੀ ਹੋਈ ਹੈ ਠੇਡੇ ਖਾ ਰਹੇ ਨੇ ਕੌਣ ਵੀ ਜਿਹੜੇ ਆਪਣੇ ਗੁਰੂ ਦੀ ਸਿਵ ਸਲਾਹ ਦੀ ਬਾਣੀ ਨੂੰ ਨਹੀਂ ਪੜ੍ਹਦੇ ਸਿਵ ਸਲਾਹ ਦੀ ਬਾਣੀ ਨੂੰ ਨਹੀਂ ਸੁਣਦੇ ਕੇਵਲ ਗੱਲਾਂ ਬਾਤਾਂ ਦੇ ਨਾਲ ਘਰ ਪੂਰਾ ਕਰਨ ਵਾਲੇ ਜਿਵੇਂ ਸੁਨਿਆਰਾ ਕਰ ਦਿੰਦਾ ਉਦਾਹਰਨ ਦਿੱਤੀ ਹੈ ਕਹਿ ਕਹਿ ਕਹਿਣ ਕਹਾਇਨ ਆਪ ਹੁਣ ਅੱਗੇ ਹੋਰ ਇੱਕ ਸਤਿਗੁਰੂ ਜੀ ਨੇ ਸੱਚਾਈ ਸਾਡੇ ਸਾਹਮਣੇ ਰੱਖੀ ਹੈ ਉਹ ਮਨੁੱਖ ਜਿਹੜੇ ਆਪਣੇ ਆਪ ਨੂੰ ਚੰਗਾ ਅਖਵਾਉਂਦੇ ਨੇ ਹੁੰਦਾ ਕਈਆਂ ਵਿੱਚ ਔਗਣ ਹੀ ਕਹਾਂਗਾ ਇਹਨੂੰ ਮੈਂ ਵੀ ਆਪਣੀ ਸਿਫਤੀ ਕਰਨਗੇ ਵੀ ਮੈਂ ਇਹ ਕੀਤਾ ਮੈਂ ਇਹ ਸਿਆਣਪ ਇੰਨਾ ਪੜ੍ਹਿਆ ਇੱਥੋਂ ਤੱਕ ਵੀ ਧਾਰਮਿਕ ਦੁਨੀਆਂ ਵਿੱਚ ਵੀ ਸਾਨੂੰ ਐਸੇ ਬੰਦੇ ਮਿਲਦੇ ਨੇ ਮੈਂ ਇੰਨੀ ਬਾਣੀ ਪੜ੍ਹਦਾ ਇੰਨੇ ਵਜੇ ਉੱਠਦਾ ਇੰਨੀ ਸੇਵਾ ਕਰਦਾ ਇੰਨਾ ਦਾਨ ਪੁੰਨ ਕਰਦਾ ਇਹ ਸਾਰੇ ਔਗੁਣ ਨੇ ਗੁਰੂ ਸਾਹਿਬ ਆਖਦੇ ਨੇ ਜਿਹੜਾ ਮਨੁੱਖ ਆਪਣੇ ਆਪ ਨੂੰ ਚੰਗਾ ਜਿਤਵਾਉਂਦਾ ਵੀ ਮੈਂ ਚੰਗਾ ਮੈਂ ਸਿਆਣਾ ਗੁਰੂ ਸਾਹਿਬ ਆਖਦੇ ਨੇ ਭਾਈ ਐਸੇ ਮਨੁੱਖ ਜਿਹੜੇ ਆਪਣੀ ਸਿਫਤ ਸਲਾਹ ਆਪਣੇ ਮੂੰਹ ਆਪ ਕਰਦੇ ਹੋਣ ਤੇ ਦੂਜੇ ਦੇ ਮੂੰਹ ਤੋਂ ਸੁਣਨਾ ਚਾਹੁੰਦੇ ਹੋਣ ਦੋ ਗੱਲਾਂ ਨੇ ਇੱਕ ਤਾਂ ਆਪ ਕਰਦੇ ਫਿਰਨਗੇ ਜਿਹੜਾ ਆਪ ਕਰਦਾ ਹੋਵੇਗਾ ਉਹ ਚਾਹੁੰਦਾ ਵੀ ਦੂਜਾ ਵੀ ਮੇਰੀ ਸਿਫਤ ਕਰੇ ਵੀ ਐਸੇ ਮਨੁੱਖ ਜਿਹੜੇ ਨਿਰੀਆਂ ਗੱਲਾਂ ਬਾਤਾਂ ਦੇ ਨਾਲ ਘਰ ਪੂਰਾ ਕਰਨ ਵਾਲੇ ਨੇ ਗੁਰੂ ਨਾਲ ਸਾਂਝ ਨੇ ਬਾਣੀ ਨਾਲ ਸਾਂਝ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਖਿਆ ਸਪਸ਼ਟ ਆਖਿਆ ਮੂਰਖ ਅੰਧਿਆਂ ਅੰਧੀ ਧਾਤ ਵੀ ਉਹ ਮੂਰਖ ਅੰਨੇ ਮਨੁੱਖ ਨੇ ਅਵਲ ਦਰਜੇ ਦੇ ਮੂਰਖ ਨੇ ਤੇ ਉਹਨਾਂ ਦੀ ਜਿਹੜੀ ਦੌੜ ਭੱਜ ਹੈ ਉਹ ਅੰਨੇ ਮਨੁੱਖ ਵਾਂਗੂ ਹੈ ਜੋ ਵਿਅਰਥ ਦੌੜ ਰਿਹਾ ਦਿਸਦਾ ਤਾਂ ਹੈ ਨਹੀਂ ਦੌੜ ਰਿਹਾ ਦੌੜਨ ਦਾ ਯਤਨ ਕਰ ਰਿਹਾ ਤੇ ਠੇਡੇ ਖਾ ਰਿਹਾ ਤੇ ਚੋਟਾਂ ਖਾ ਰਿਹਾ ਵੀ ਗੁਰੂ ਸਾਹਿਬ ਆਖਦੇ ਜੇ ਖੱਜਲ ਖੁਆਰੀ ਤੋਂ ਬਚਣਾ ਜੀਵਨ ਵਿੱਚ ਵੀ ਕੋਈ ਵਿਘਨ ਨਾ ਆਵੇ ਕੋਈ ਰੁਕਾਵਟ ਨਾ ਆਵੇ ਸੋਭਾ ਹੋਵੇ ਸਾਰੇ ਕਾਰਜ ਰਾਸ ਹੋਣ ਚੜ੍ਹਦੀ ਕਲਾ ਹੋਵੇ ਜੈ ਜੈਕਾਰ ਹੋਵੇ ਸੰਸਾਰ ਤੇ ਫਿਰ ਭਾਈ ਪਰਮਾਤਮਾ ਦਾ ਨਾਮ ਜਪ ਵਾਹਿਗੁਰੂ ਦੀ ਸਿਫਤ ਸਲਾਹ ਕਰ ਇਹਦੇ ਨਾਲ ਹੀ ਪਾਰ ਉਤਾਰਾ ਹੋਣਾ ਤੇ ਆਪਣੀ ਸਿਆਣਪ ਆਪਣੀ ਸੋਭਾ ਆਪ ਨਾ ਕਰ ਤੇ ਇਹ ਬਚਨ ਪਾਰ ਇਹ ਬਚਨ ਸਾਨੂੰ ਪੜ੍ਹਨਾ ਚਾਹੀਦਾ ਆਪਾਂ ਤਾਂ ਆਪਣੀ ਸੋਭਾ ਲੋੜਦੇ ਹਾਂ ਪਰ ਗੁਰੂ ਸਾਹਿਬ ਆਖਦੇ ਨੇ ਇਹਨਾਂ ਬਚਨਾਂ ਤੇ ਪਹਿਰਾ ਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਧਾਰੇ ਸੋਏ ਹੋਰ ਬਚਨ ਆਉਂਦਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਆਪਣੇ ਔਗੁਣਾਂ ਨੂੰ ਵੇਖ ਆਪਣੀ ਗਲਤੀਆਂ ਨੂੰ ਵੇਖ ਦੂਜਿਆਂ ਦੇ ਔਗੁਣ ਨਾ ਚਿਤਾਰ ਫਿਰ ਗੱਲ ਬਣੇਗੀ ਅਰਦਾਸ ਕਰੀਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਭੁਲਾ ਚੁੱਕਾਂ ਦੇ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।